ਕੱਲ੍ਹ ਦੇ ਜੜ੍ਹਾਂਵਾਲਾ ਦੇ ਅੰਦਰ ਜਿਹੜੀ ਸਾਡੇ ਈਸਾਈ ਬਿਰਾਵਾਂ 'ਤੇ ਘਰਾਂ 'ਤੇ ਹਮਲੇ ਹੋਏ, ਚਰਚਾਂ 'ਤੇ ਹਮਲੇ ਹੋਏ, ਉਹਦੇ 'ਤੇ ਹਰ ਪੰਜਾਬੀ ਦੁਖੀ ਹੈ। ਬਾਬਾ ਨਜ਼ਮੀ ਜੀ ਇਸ ਟਾਈਮ ਸਾਡੇ ਨਾਲ ਹਨ, ਬਹੁਤ ਜ਼ਿਆਦਾ ਇਹ ਜਿਹੜੇ ਕੱਲ੍ਹ ਦੇ ਵਾਕਿਆਤ ਹੋਏ ਨੇ ਉਹਨਾਂ 'ਤੇ ਦੁਖੀ ਹਨ, ਔਰ ਆਪਣੇ ਜਿਹੜੇ ਈਸਾਈ ਭੈਣਾਂ ਬਿਰਾਵਾਂ ਹਨ ਉਹਨਾਂ ਦੇ ਨਾਲ ਆਪਣੇ ਦੁੱਖ ਦਾ ਇਜ਼ਹਾਰ ਬਾਬਾ ਨਜ਼ਮੀ ਜੀ ਕਰਨਾ ਚਾਹੁੰਦੇ। ਮੇਰਾ ਖਿਆਲ ਹੈ ਕਿ ਮੇਰੀ ਈਸਾਈ ਬਰਾਦਰੀ, ਕ੍ਰਿਸ਼ਨ ਬਰਾਦਰੀ ਮੈਨੂੰ ਸਾਰੀ ਜਾਣਦੀ ਕਿ ਮੈਂ ਕਿਸ ਸੋਚ ਦਾ ਆਦਮੀ ਹਾਂ ਔਰ ਮੈਂ ਕਿਸ ਹੱਦ ਤੱਕ ਆਪਣੀ ਇਸ ਬਰਾਦਰੀ ਨਾਲ ਪਿਆਰ ਕਰਨਾ। ਇਹ ਮੇਰੇ ਆਪਣੇ ਨੇ, ਮੇਰੀ ਧਰਤੀ ਦੇ ਲੋਕ ਨੇ, ਮੇਰੇ ਪੰਜਾਬ ਦੇ ਲੋਕ ਨੇ, ਇਹਨਾਂ ਦੇ ਦੁੱਖ 'ਚ ਮੈਂ ਮੁਕੰਮਲ ਤੌਰ 'ਤੇ ਸ਼ਰੀਕ ਹਾਂ। ਅਗਰ ਕਿਸੇ ਵੱਲੋਂ ਵੀ ਕੋਈ ਜ਼ਿਆਦਤੀ ਹੋਈ ਹੈ ਸਾਡੇ ਵੱਲੋਂ ਜਾਂ ਉਹਨਾਂ ਵੱਲੋਂ, ਤਾਂ ਉਸ ਚੀਜ਼ ਨੂੰ ਰੱਦ ਕਰਨਾ ਚਾਹੀਦਾ, ਮੁਕਾਉਣਾ ਚਾਹੀਦਾ, ਕਿਉਂਕਿ ਗੱਲ ਅੱਗੇ ਨਾ ਵਧੇ। ਇਸ ਲਈ ਮੈਂ ਬਹੁਤ ਪਹਿਲੇ, ਅੱਜ ਤੋਂ 20-25 ਸਾਲ ਪਹਿਲੇ ਕੁਝ ਗੱਲਾਂ ਕੀਤੀਆਂ ਸੀ ਜਿਹਨਾਂ 'ਤੇ ਅੱਜ ਵੀ ਉਹ ਸੱਚੀਆਂ ਨੇ ਕਿ ਮਸਜਿਦ ਮੇਰੀ ਤੂੰ ਕਿਉਂ ਉਠਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਮਸਜਿਦ ਮੇਰੀ ਤੂੰ ਕਿਉਂ ਉਠਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ, ਅਤੇ ਸਦੀਆਂ ਵਾਂਗੂ, ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ। ਲਉ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ, ਲਉ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ, ਅਤੇ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ, ਰੱਬ ਕਰੇ ਤੂੰ ਮਸਜਿਦ ਵਾਂਗੂ ਵੇਖੇ ਮੇਰੀ ਮਸਜਿਦ ਨੂੰ, ਰਾਮ ਕਰੇ ਮੈਂ ਮੰਦਰ ਵਾਂਗੂ ਵੇਖਾਂ, ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ। ਰੱਤ ਤੂੰ ਬਿਸਮਿਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ, ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦਿਆਂ ਹੁਸੈਨ ਲੰਗਰ ਨੂੰ, ਅਤੇ ਸਾਡੇ ਸਿੰਘਾਂ ਫਸਦਿਆ ਰਹਿਣਾ, ਖੁਰਲੀ ਟਹਿੰਦੀ ਰਹਿਣੀ ਹੈ ਜਿੰਨਾ ਤੀਕਰ ਨੱਥ ਨਾ ਪਾਈ ਨਫ਼ਰਤ ਵਾਲੇ ਡੰਗਰ ਨੂੰ। ਇਹ ਗੱਲਾਂ ਬਹੁਤ ਲੰਮੀਆਂ ਨੇ, ਲੇਕਿਨ ਮੈਂ ਸਾਰੇ ਆਪਣੇ ਪੰਜਾਬ ਦੇ ਦੂਜੇ ਮੁਸਲਮਾਨਾਂ ਭਰਾਵਾਂ ਅੱਗੇ ਔਰ ਕ੍ਰਿਸ਼ਨ ਭਰਾ ਅੱਗੇ ਗੁਜ਼ਾਰਿਸ਼ ਕਰਨਾ, ਪਲੀਜ਼ ਇਸ ਗੱਲ ਨੂੰ ਬੜੇ ਅੱਛੇ ਤਰੀਕੇ ਨਾਲ ਮੁਕਾਓ, ਅਮਨ ਪੈਦਾ ਹੋਵੇ, ਕਿਉਂਕਿ ਇਸ ਤੋਂ ਪਹਿਲੇ ਮੈਂ ਅਮਨ 'ਤੇ ਬਹੁਤ ਸਾਰੀਆਂ ਗੱਲਾਂ ਕਰ ਚੁੱਕਿਆ ਵਾਂ। ਰੱਬ ਰੱਖਾ, ਰੱਬ ਕਰਕੇ ਇਸ ਮੁਲਕ ਨੂੰ, ਇਸ ਧਰਤੀ ਨੂੰ, ਮੇਰੇ ਪੰਜਾਬ ਨੂੰ ਰੱਬ ਆਪਣੀ ਅਮਾਨ 'ਚ ਰੱਖੇ। ਰੱਬ ਰੱਖਾ, ਜਿਉਂਦੇ ਰਹੋ।